ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਨਿਊ ਯੂਟਿਊਬ ਵੀਡੀਓ। ਪਿਛਲੀਆਂ ਦੋ ਤਿੰਨ ਵੀਡੀਓਜ਼ ਦੇ ਵਿੱਚ ਅਸੀਂ ਗੱਲ ਕੀਤੀ ਸੀ ਵੈਲਥ ਕਿਵੇਂ ਜਨਰੇਟ ਕਰਨੀ ਆ, ਉਹ ਸੀਗੀ ਵਿਦ ਮਲਟੀਪਲ ਸੋਰਸਿਸ ਆਫ ਇਨਕਮ ਤੇ ਨਾਲ ਦੀ ਨਾਲ ਇਨਵੈਸਟਿੰਗ। ਬਟ ਕਹਿੰਦੇ ਹੁੰਦੇ ਨਾ ਕਿ ਮਨੀ ਅਟਰੈਕਟਸ ਮਨੀ, ਵੈਲਥ ਵੀ ਤਾਂ ਹੀ ਜਨਰੇਟ ਹੋਊਗੀ ਜੇ ਆਲਰੇਡੀ ਤੁਹਾਡੇ ਕੋਲ ਕੈਪੀਟਲ ਹੈਗੀ ਆ। ਪਰ ਹੁਣ ਇੱਥੇ ਕੁਐਸਚਨ ਆਉਂਦਾ ਕਿ ਜੇ ਬੰਦੇ ਕੋਲ ਕੁਝ ਵੀ ਨਹੀਂ ਹੈਗਾ, ਬੰਦੇ ਨੇ ਜ਼ੀਰੋ ਤੋਂ ਸਟਾਰਟ ਕਰਨਾ, ਜਾਂ ਇੱਥੇ ਮੈਂ ਆਪਦੀ ਪਰਸਨਲ ਐਗਜ਼ਾਮਪਲ ਲੈ ਕੇ ਚੱਲਦਾ ਕਿ ਜੇ ਮੈਂ ਅੱਜ ਤੋਂ ਜ਼ੀਰੋ ਤੋਂ ਸਟਾਰਟ ਕਰਨਾ ਹੋਵੇ ਤਾਂ ਮੈਂ ਕਿਹੜੇ ਸਟੈਪਸ ਫੋਲੋ ਕਰੂੰਗਾ। ਐਂਡ ਇਹ ਜਿਹੜੀ ਵੀਡੀਓ ਹੈ ਹਰ ਇੱਕ ਲਈ ਹੈਲਪਫੁਲ ਹੋ ਸਕਦੀ ਆ, ਡਜ਼ਨਟ ਮੈਟਰ ਤੁਸੀਂ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਜੋਬ ਕਰ ਰਹੇ ਹੋ ਜਾਂ ਮੇ ਬੀ ਬਿਜ਼ਨਸ ਓਨਰ ਹੋ। ਸੋ ਬੇਸਿਕਲੀ ਮੈਂ ਤੁਹਾਡੇ ਨਾਲ ਉਹੀ ਪਲਾਨ ਸ਼ੇਅਰ ਕਰ ਰਿਹਾ ਕਿ ਜੇ ਮੇਰੇ ਕੋਲ ਰਾਈਟ ਨਾਓ ਜੋ ਕੁਝ ਹੈਗਾ ਮੇਰੇ ਕੋਲ ਨਾ ਹੁੰਦਾ ਜਾਂ ਚਲਿਆ ਜਾਵੇ ਤਾਂ ਮੈਂ ਜ਼ੀਰੋ ਤੋਂ ਸਟਾਰਟ ਕਿਵੇਂ ਕਰੂੰਗਾ। ਦੇਖੋ, ਜਦੋਂ ਅਸੀਂ ਵੈਲਥ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ, ਚਾਹੇ ਲਿਕੁਇਡ ਕੈਸ਼ ਹੋ ਗਿਆ, ਚਾਹੇ ਤੁਹਾਡੇ ਕੋਲ ਕੋਈ ਗੋਲਡ ਪਿਆ ਆ ਜਾਂ ਤੁਸੀਂ ਕੋਈ ਸਟਾਕਸ ਓਨ ਕਰ ਰਹੇ ਹੋ, ਜਿੰਨੇ ਵੀ ਐਸੈਟਸ ਆ ਉਹ ਸਾਰੇ ਨੂੰ ਕਮੂਲੇਟ ਕਰਕੇ ਸਾਡੀ ਨੈਟਵਰਥ ਜਿਹੜੀ ਉਹ ਕਾਊਂਟ ਹੁੰਦੀ ਆ। ਹੁਣ ਵੈਲਥ ਦੇ ਜਿੰਨੇ ਵੀ ਕੰਪੋਨੈਂਟਸ ਆ, ਚਾਹੇ ਰੀਅਲ ਅਸਟੇਟ ਆ, ਚਾਹੇ ਸਟਾਕਸ ਆ, ਚਾਹੇ ਗੋਲਡ ਆ, ਸਿਲਵਰ ਆ, ਕ੍ਰਿਪਟੋਕਰੰਸੀ ਆ, ਇਹਨਾਂ ਨੂੰ ਬਾਏ ਕਰਨ ਲਈ ਤੁਹਾਡੇ ਕੋਲ ਸਭ ਤੋਂ ਮੇਨ ਜਿਹੜੀ ਚੀਜ਼ ਚਾਹੀਦੀ ਉਹ ਚਾਹੀਦੀ ਆ ਪੈਸਾ, ਮਨੀ। ਸੋ ਇਮੈਜਿਨ ਕਰੋ ਕਿ ਤੁਸੀਂ ਲਾਈਫ ਦੀ ਉਹ ਸਟੇਜ 'ਤੇ ਹੋ ਜਿੱਥੇ ਤੁਹਾਡੇ ਕੋਲ ਕੁਛ ਨਹੀਂ ਹੈਗਾ, ਤੁਹਾਡੇ ਕੋਲ ਨਾ ਤਾਂ ਕੋਈ ਪੈਸਾ ਆ, ਨਾ ਤੁਹਾਡੇ ਕੋਲ ਕ੍ਰਿਪਟੋਕਰੰਸੀ ਆ, ਸਟਾਕਸ, ਨਾ ਕੋਈ ਰੀਅਲ ਅਸਟੇਟ। ਸੋ ਬੇਸਿਕਲੀ ਕਹਿਣ ਦਾ ਮਤਲਬ ਤੁਹਾਡੀ ਨੈਟਵਰਥ ਰਾਈਟ ਨਾਓ ਹੈਗੀ ਆ ਜ਼ੀਰੋ। ਹੁਣ ਇਹੋ ਜਿਹੇ ਸਿਨੈਰੀਓ ਦੇ ਵਿੱਚ ਤੁਹਾਨੂੰ ਇਨਵੈਸਟਿੰਗ ਵਗੈਰਾ ਬਾਰੇ ਸੋਚਣਾ ਨਹੀਂ ਚਾਹੀਦਾ, ਤੁਹਾਨੂੰ ਸੋਚਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਕੈਸ਼ ਜਨਰੇਟ ਕਿਵੇਂ ਕਰਨਾ। ਸੋ ਇਸ ਪੁਆਇੰਟ ਦੇ ਉੱਪਰ ਕੈਸ਼ ਨੂੰ ਜਨਰੇਟ ਕਰਨ ਦਾ, ਯਾਨੀ ਕਿ ਇਨਕਮ, ਪੈਸਾ ਅਰਨ ਕਰਨ ਦਾ ਸਭ ਤੋਂ ਸਿੰਪਲ ਤਰੀਕਾ ਜਿਹੜਾ ਟ੍ਰੈਡੀਸ਼ਨਲ ਉਹ ਹੈਗਾ ਆ ਜੋਬ। ਹੁਣ ਜਦੋਂ ਅਸੀਂ ਲਾਈਫ ਦੇ ਵਿੱਚ ਕੋਈ ਜੋਬ ਸਟਾਰਟ ਕਰ ਲੈਂਦੇ ਹਾਂ, ਚਾਹੇ ਉਹ ਕਿਵੇਂ ਦੀ ਮਰਜ਼ੀ ਜੋਬ ਆ, ਇੱਥੇ ਸਾਡੀ ਲਾਈਫ ਦਾ ਬੜਾ ਇੱਕ ਇੰਪੋਰਟੈਂਟ ਡਿਸੀਜਨ ਲਿਆ ਜਾਂਦਾ। ਹੁਣ ਜੇ ਤਾਂ ਕਿਸੇ ਦੀ ਬੜੀ ਹਾਈ ਪੇਇੰਗ ਜੋਬ ਆ, ਸਕਿਲਡ ਜੋਬ ਆ, ਹੋ ਸਕਦਾ ਉਹ ਬੰਦੇ ਦੀ ਸਾਰੀ ਉਮਰ ਉਸੇ ਜੋਬ ਦੇ ਵਿੱਚ ਲੰਘ ਜੇ। ਹੁਣ ਇਹਦੀ ਦੂਜੀ ਸਾਈਡ ਆਉਂਦੀ ਹੈ ਜਿਹੜੀਆਂ ਬੇਸਿਕ ਪੇਇੰਗ ਜੋਬਸ ਹੁੰਦੀਆਂ, ਯਾਨੀ ਕਿ ਕੋਈ ਗੈਸ ਸਟੇਸ਼ਨ 'ਤੇ ਜੋਬ ਕਰ ਲਈ, ਰੈਸਟੋਰੈਂਟ 'ਤੇ ਕਰ ਲਈ, ਜਾਂ ਫਿਰ ਸਿਕਿਉਰਿਟੀ ਦੀ ਜੋਬ ਕਰ ਲਈ। ਈਵਨ ਤੋਂ ਇਹ ਵਾਲੀਆਂ ਜਿਹੜੀਆਂ ਜੋਬਸ ਆ ਇਹ ਲੈਸ ਪੇਇੰਗ ਹੁੰਦੀਆਂ, ਪਰ ਇਹਨਾਂ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਤੁਸੀਂ ਆਪਦੀ ਸਿਚੁਏਸ਼ਨ ਦੇ ਨਾਲ ਬਹੁਤ ਛੇਤੀ ਅਨਕੰਫਰਟੇਬਲ ਹੁੰਦੇ ਹੋ। ਐਂਡ ਜਦੋਂ ਬੰਦਾ ਆਪਦੀ ਸਿਚੁਏਸ਼ਨ ਦੇ ਨਾਲ ਅਨਕੰਫਰਟੇਬਲ ਹੋਣ ਲੱਗ ਜਾਂਦਾ, ਉਦੋਂ ਹੀ ਕੋਈ ਅੱਗੇ ਡਿਸੀਜਨ ਲੈ ਪਾਉਂਦਾ। ਸੋ ਅਸੀਂ ਇਸ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ ਮੇਰੇ ਪਰਸਨਲ ਵਿਊਜ਼ ਤੋਂ। ਰਾਈਟ ਨਾਓ ਜੇ ਮੇਰੇ ਕੋਲ ਕੁਝ ਵੀ ਨਹੀਂ ਹੈਗਾ, ਨਾ ਕੋਈ ਸਕਿੱਲ ਆ, ਨਾ ਕੋਈ ਵਧੀਆ ਲੈਵਲ ਦੀ ਮੈਂ ਸਟੱਡੀ ਕੀਤੀ ਹੋਈ ਆ, ਤਾਂ ਮੈਂ ਬੇਸਿਕ ਪੇਇੰਗ ਜਿਹੜੀ ਜੋਬ ਆ ਉਹ ਲੱਭੂੰਗਾ। ਆਈ ਨੋ ਕਿ ਇਹੋ ਜਿਹੀ ਇਕਨੋਮੀ ਦੇ ਵਿੱਚ ਬੇਸਿਕ ਜੋਬ ਲੱਭਣੀਆਂ ਵੀ ਹਾਰਡ ਹੋਈਆਂ ਪਈਆਂ, ਪਰ ਅਸੀਂ ਗੱਲ ਕਰਦੇ ਹਾਂ ਨਿਊਟਰਲ ਇਕਨੋਮੀ ਦੀ ਜਿੱਥੇ ਜੋਬਸ ਦੀ ਅਵੇਲੇਬਿਲਿਟੀ ਹੈਗੀ ਆ। ਸੋ ਜਿਹੜਾ ਮੇਰਾ ਪਹਿਲਾ ਸਟੈਪ ਹੋਊਗਾ ਕਿਵੇਂ ਨਾ ਕਿਵੇਂ ਮੈਨੂੰ ਕੋਈ ਸਟਾਰਟਿੰਗ ਲੈਵਲ ਦੀ ਜੋਬ ਮਿਲੇ, ਤਾਂ ਕਿ ਉਸ ਜੋਬ ਦੇ ਨਾਲ ਮੇਰੇ ਜਿਹੜੇ ਡੇਲੀ ਐਕਸਪੈਂਸਿਸ ਆ ਮੈਂ ਉਹ ਚਲਾ ਸਕਾਂ। ਹੁਣ ਜਿਹੜਾ ਮੇਰਾ ਇੱਥੇ ਦੂਜਾ ਸਟੈਪ ਹੋਊਗਾ, ਜਦੋਂ ਮੇਰੀ ਜੋਬ ਸਿਕਿਉਰ ਹੋ ਜਾਂਦੀ ਆ 8-9 ਘੰਟੇ ਦੀ, ਉਸ ਤੋਂ ਬਾਅਦ ਮੇਰਾ ਦੂਜਾ ਕੰਮ ਹੋਊਗਾ ਮੈਂ ਸਾਈਡ ਗਿਗਸ ਕਰਾਂ, ਹੋ ਸਕਦਾ ਉਬਰ ਕਰਾਂ, ਡੋਰ ਡੈਸ਼, ਸਕਿਪ ਦਾ ਡਿਸ਼ਿਸ। ਹੋ ਸਕਦਾ ਇਹ ਸਾਈਡ ਗਿਗ ਦੇ ਨਾਲ ਮੈਂ ਆਪਦੇ ਸਾਰੇ ਖਰਚੇ ਨਾ ਚਲਾ ਪਾਵਾਂ, ਪਰ ਜੇ ਮੰਨ ਲਓ ਮੇਰੇ ਖਰਚੇ ਮੇਨ ਜੋਬ ਨਾਲ ਚੱਲੀ ਜਾਣ, ਸਾਈਡ ਗਿਗ ਵਾਲੇ ਜਿਹੜੇ ਪੈਸੇ ਆ $500-$700,000 ਮੇਰਾ ਮਹੀਨੇ ਦਾ ਸੇਵਿੰਗ ਦੇ ਵਿੱਚ ਵੀ ਹੋਈ ਜਾਵੇ, ਮੇਰੇ ਲਈ ਇਨਫ ਆ। ਹੁਣ ਤੁਹਾਡੇ ਦਿਮਾਗ 'ਚ ਇਹ ਚੀਜ਼ ਚੱਲ ਰਹੀ ਹੋਊਗੀ ਕਿ $500-$700,000 ਮਹੀਨੇ ਦਾ ਸੇਵ ਕਰਕੇ ਮੈਂ ਵੈਲਥ ਕਿਵੇਂ ਇਕੱਠੀ ਕਰੂੰਗਾ। ਇਸ ਚੀਜ਼ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਅੱਗੇ ਜਾ ਕੇ ਵੀਡੀਓ 'ਚ ਐਕਸਪਲੇਨ ਕਰੂੰਗਾ ਕਿ ਪਾਵਰ ਆਫ ਕੰਪਾਊਂਡਿੰਗ ਕਿਹਨੂੰ ਕਹਿੰਦੇ ਆ। ਤਾਂ ਹੁਣ ਘੱਟੋ ਘੱਟ ਸਾਲ ਡੇਢ ਸਾਲ ਮੈਂ ਆਪਦੀ ਇੱਕ ਜੋਬ ਵੀ ਕਰ ਰਿਹਾ, ਨਾਲ ਥੋੜ੍ਹੀਆਂ ਬਹੁਤ ਸਾਈਡ ਗਿਗਸ ਕਰਕੇ ਆਪਦੇ ਖਰਚੇ ਚਲਾ ਰਿਹਾ। ਹੁਣ ਜਦੋਂ ਡੇਢ ਸਾਲ ਬਾਅਦ ਮੇਰੇ ਕੋਲ ਇਨਫ ਸੇਵਿੰਗ ਹੋ ਜਾਂਦੀ ਕਿ ਮੈਂ ਕੋਈ ਰਿਸਕ ਲੈ ਸਕਦਾ, ਤਾਂ ਉੱਥੇ ਮੇਰਾ ਸਭ ਤੋਂ ਪਹਿਲਾ ਸਟੈਪ ਹੋਊਗਾ ਮੈਂ ਕੋਈ ਸਕਿੱਲ ਡਿਵੈਲਪਮੈਂਟ 'ਤੇ ਕੰਮ ਕਰਾਂ। ਹੁਣ ਜਿਹੜੀ ਇਹ ਸਕਿੱਲ ਡਿਵੈਲਪਮੈਂਟ ਆ ਨਾ, ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਟੌਪਿਕ ਆ, ਇਹਦੀ ਕੋਈ ਸਟ੍ਰੇਟ ਫਾਰਵਰਡ ਡੈਫੀਨੇਸ਼ਨ ਨਹੀਂ ਹੈਗੀ, ਕਿਉਂਕਿ ਹਰ ਇੱਕ ਸੈਕਟਰ ਦੇ ਵਿੱਚ ਸਕਿੱਲ ਟਾਈਪ ਡਿਫਰੈਂਟ ਹੁੰਦੀ ਆ, ਉਹਦੇ ਟਾਈਮ ਡਿਊਰੇਸ਼ਨ ਸਿੱਖਣ ਦੀ ਉਹ ਡਿਫਰੈਂਟ ਹੁੰਦੀ ਆ। ਹੁਣ ਕਾਲਜਿਸ ਦੇ ਵਿੱਚ ਕਈ ਕੋਰਸਿਸ ਜਿਹੜੇ ਆ, ਸਰਟੀਫਿਕੇਟ ਕੋਰਸਿਸ 8 ਮਹੀਨਿਆਂ ਦੇ ਵੀ ਹੈਗੇ ਆ, ਕਈ ਜਿਹੜੇ ਆ ਉਹ 2 ਸਾਲ ਦੇ ਵੀ ਆ, ਐਂਡ ਕੁਝ ਸਕਿੱਲਸ ਇੱਦਾਂ ਦੀਆਂ ਉਹਨਾਂ ਨੂੰ ਸਿੱਖਣ ਲਈ 3-4 ਸਾਲ ਵੀ ਲੱਗ ਜਾਂਦੇ ਆ। ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਸਕਿੱਲ ਵੱਲ ਜਾਣਾ ਚਾਹੁੰਦੇ ਹੋ। ਐਨੀਵੇਜ਼, ਅਸੀਂ ਆਉਂਦੇ ਹਾਂ ਬੈਕ ਟੂ ਆਵਰ ਟੌਪਿਕ। ਹੁਣ ਕੋਈ ਵੀ ਸਕਿੱਲ ਜਿਹੜੀ ਮੈਂ ਸਿੱਖਣਾ ਚਾਹੁੰਦਾ ਉਹ ਹੋ ਸਕਦਾ ਉਹਦੇ 'ਚ ਮੇਰਾ ਇੰਟਰਸਟ ਹੋਵੇ, ਹੋ ਸਕਦਾ ਮੈਨੂੰ ਇੱਦਾਂ ਲੱਗ ਰਿਹਾ ਹੋਵੇ ਕਿ ਇਹ ਮੈਂ ਈਜ਼ੀਲੀ ਸਿੱਖ ਸਕਦਾ, ਜਾਂ ਹੋ ਸਕਦਾ ਉਹ ਵਾਲੀ ਸਕਿੱਲ ਦੇ ਵਿੱਚ
ਮੇਰੇ ਕਿਸੇ ਫੈਮਿਲੀ ਮੈਂਬਰ ਨੂੰ ਐਕਸਪੀਰੀਅੰਸ ਹੋਵੇ ਜਿਹੜਾ ਕਿ ਮੈਨੂੰ ਫਰਦਰ ਅੱਗੇ ਜਾ ਕੇ ਹੈਲਪ ਕਰ ਸਕਦਾ। ਪਰ ਹੁਣ ਇੱਥੇ ਪੰਗਾ ਪਤਾ ਕੀ ਪੈਂਦਾ, ਮੰਨ ਲਓ ਜੇ ਮੈਂ ਕਾਲਜ ਜੁਆਇਨ ਕਰਦਾ, ਯੂਨੀਵਰਸਿਟੀ ਜੁਆਇਨ ਕਰਦਾ, ਤਾਂ ਮੈਨੂੰ ਆਪਣੀ ਜਿਹੜੀ ਜੋਬ ਆ ਉਹ ਫੁੱਲ ਟਾਈਮ ਤੋਂ ਪਾਰਟ ਟਾਈਮ ਕਰਨੀ ਪਊਗੀ। ਪਰ ਇੱਕ ਚੀਜ਼ ਯਾਦ ਆ, ਮੈਂ ਤੁਹਾਨੂੰ ਇਸੇ ਕਰਕੇ ਕਿਹਾ ਸੀਗਾ ਜਿਹੜੇ 1.5 ਤੋਂ 2 ਸਾਲ ਕੰਮ ਕਰਨਾ ਉਹਦੀਆਂ ਸੇਵਿੰਗਸ ਇਸੇ ਕਰਕੇ ਰੱਖਣੀਆਂ ਕਿ ਤੁਹਾਡੇ ਕੋਲ ਇੱਕ ਬੈਕਅਪ ਹੋਵੇ। ਸੋ ਇਸ ਪੁਆਇੰਟ ਦੇ ਉੱਪਰ ਜੇ ਮੈਂ ਫੁੱਲ ਟਾਈਮ ਜੋਬ ਤੋਂ ਪਾਰਟ ਟਾਈਮ ਵੀ ਚੱਲ ਜਾਂਦਾ, ਪਲੱਸ ਮੈਂ ਆਪਣੀ ਕੋਈ ਸਕਿੱਲ ਡਿਵੈਲਪਮੈਂਟ ਦੀ ਹੋ ਸਕਦਾ ਕਾਲਜ ਸਟਾਰਟ ਕਰਦਾ, ਕੋਈ ਸਰਟੀਫਿਕੇਟ ਜਾਂ ਮੰਨ ਲਓ ਕੋਈ ਪ੍ਰਾਈਵੇਟ ਇੰਸਟੀਟਿਊਟ ਤੋਂ ਮੈਂ ਕੋਈ ਕੋਚਿੰਗ ਲੈ ਲੈਂਦਾ, ਤਾਂ ਕਿ ਆਉਣ ਵਾਲਾ ਜਿਹੜਾ ਸਾਲ ਆ ਉਹ ਮੇਰਾ ਪੂਰਾ ਉਹਦੇ ਵਿੱਚ ਫੋਕਸਡ ਹੋਵੇ। ਹੁਣ ਦੇਖੋ, ਜੇ ਮੈਂ ਕੋਈ ਸਕਿੱਲ ਸਿੱਖ ਰਿਹਾ ਉਹਦਾ ਮੋਟਿਵ ਇਹ ਹੋਣਾ ਚਾਹੀਦਾ ਕਿ ਜਿਹੜੀ ਮੈਂ ਆਲਰੇਡੀ ਬੇਸਿਕ ਲੈਵਲ ਦੀ ਜੋਬ ਕਰ ਰਿਹਾ ਸੀਗਾ, ਇਹ ਵਾਲੀ ਜਿਹੜੀ ਸਕਿੱਲ ਆ ਇਹਦੀ ਜਿਹੜੀ ਜੋਬ ਮੈਨੂੰ ਮਿਲੂਗੀ ਘੱਟੋ ਘੱਟ ਪਿਛਲੀ ਵਾਲੀ ਜੋਬ ਤੋਂ ਡਬਲ ਪੋਟੈਂਸ਼ੀਅਲ ਵਾਲੀ ਹੋਵੇ। ਹੁਣ ਜਦੋਂ ਅਸੀਂ ਪੋਟੈਂਸ਼ੀਅਲ ਦੀ ਗੱਲ ਕਰਦੇ ਹਾਂ ਉਹਦਾ ਸਿੰਪਲ ਮਤਲਬ ਹੁੰਦਾ ਡਬਲ ਪੇ ਰੇਟ ਹੋਵੇ ਉਹਦਾ। ਸੋ ਲੈਟਸ ਸਪੋਜ਼ ਪਹਿਲਾਂ ਮੈਂ ਕਿਤੇ ਇਸ ਗੈਸ ਸਟੇਸ਼ਨ 'ਤੇ ਕੰਮ ਕਰ ਰਿਹਾ ਸੀ ਜਿੱਥੇ ਮੈਨੂੰ 16 ਜਾਂ 17 ਡਾਲਰਸ ਮਿਲ ਰਹੇ ਸੀਗੇ, ਪਰ ਜੇ ਮੈਂ ਹੁਣ ਸਕਿੱਲ ਡਿਵੈਲਪ ਕਰਕੇ ਅਗੇਨ 20 ਡਾਲਰ ਦੀ ਜੋਬ ਕਰਨੀ ਆ, ਦੈਟ ਡਜ਼ਨਟ ਮੇਕ ਸੈਂਸ, ਕਿਉਂਕਿ ਮੈਂ ਤਾਂ ਇੱਕ ਟਾਈਮ ਵੇਸਟ ਵੀ ਕੀਤਾ ਆਪਣੀ ਜੋਬ ਤੋਂ ਵੀ ਹਟਿਆ, ਪਲੱਸ ਮੈਨੂੰ ਕੋਈ ਜ਼ਿਆਦਾ ਆਊਟਪੁੱਟ ਨਹੀਂ ਮਿਲੀ। ਸੋ ਸਕਿੱਲ ਉਹੀ ਡਿਵੈਲਪ ਕਰਨੀ ਆ, ਚਾਹੇ ਸਾਲ ਲਾਓ 1.5 ਸਾਲ ਜਾਂ 2 ਸਾਲ, ਕਿ ਜਿਹਦਾ ਪੇ ਰੇਟ ਜਿਹੜਾ ਹੈ, ਜਿਹਦਾ ਅੱਗੇ ਜਾ ਕੇ ਪੋਟੈਂਸ਼ੀਅਲ ਆ, ਉਹਦੇ ਨਾਲੋਂ ਦੁੱਗਣਾ ਹੋਵੇ। ਸੋ ਲੈਟਸ ਅਸਿਊਮ ਕਿ ਉਹ ਵਾਲੀ ਮੈਂ ਸਕਿੱਲ ਡਿਵੈਲਪਮੈਂਟ ਕਰ ਲਈ ਹੈ, ਕੋਈ ਸਰਟੀਫਿਕੇਟ ਕੋਰਸ ਵਗੈਰਾ ਕਰ ਲਿਆ, ਉਸ ਤੋਂ ਬਾਅਦ ਜਦੋਂ ਮੈਂ ਜੋਬ ਅਪਲਾਈ ਕਰਦਾ, ਪਹਿਲਾਂ ਮੇਰੀ ਜਿਹੜਾ ਪੇ ਰੇਟ ਸੀਗਾ ਉਹ ਸੀਗਾ 16.5 ਜਾਂ 17, ਪਰ ਹੁਣ ਮੇਰੀ ਜਿਹੜੀ ਸਟਾਰਟਿੰਗ ਜੋਬ ਆ ਉਹ 32 ਜਾਂ 34 ਡਾਲਰ ਦੇ ਅਰਾਊਂਡ ਹੋਣੀ ਚਾਹੀਦੀ ਆ। ਤੇ ਇਸੇ ਪੁਆਇੰਟ ਤੋਂ ਸਟਾਰਟ ਹੁੰਦੀ ਆ ਰੀਅਲ ਸਟੋਰੀ ਆਫ ਇਨਵੈਸਟਿੰਗ ਐਂਡ ਕੰਪਾਊਂਡਿੰਗ। ਸੋ ਗਾਇਜ਼, ਹੁਣ ਦੇਖੋ, ਜੋ ਵੀ ਪਿੱਛੇ 1.5 ਸਾਲ 2 ਸਾਲ 3 ਸਾਲ ਦੇ ਵਿੱਚ ਤੁਸੀਂ ਕੋਈ ਪੜ੍ਹਾਈ ਕੀਤੀ, ਜੋਬ ਕੀਤੀ, ਇਹ ਬੇਸਿਕਲੀ ਇਸ ਕਰਕੇ ਕੀਤੀ ਤੁਹਾਡੇ ਕੋਲ ਇੱਕ ਸਕਿੱਲ ਆ ਜਾਏ। ਜਦੋਂ ਸਕਿੱਲ ਆ ਗਈ, ਉਹ ਸਕਿੱਲ ਕਰਕੇ ਤੁਹਾਨੂੰ ਕੋਈ ਜੋਬ ਮਿਲ ਗਈ, ਹੁਣ ਤੁਹਾਡੀ ਅਸਲੀ ਕਹਾਣੀ ਸਟਾਰਟ ਹੋਣੀ ਚਾਹੀਦੀ ਆ, ਕਿਉਂਕਿ ਹੁਣ ਤੁਹਾਡੇ ਕੋਲ ਸਭ ਤੋਂ ਵੱਡੀ ਜਿਹੜੀ ਚੀਜ਼ ਆ ਗਈ ਆ ਮਨੀ ਐਕਸਪੋਜ਼ਰ। ਪਹਿਲਾਂ ਜਦੋਂ ਮੈਂ ਗੈਸ ਸਟੇਸ਼ਨ 'ਤੇ ਕੰਮ ਕਰ ਰਿਹਾ ਸੀ, ਹੋ ਸਕਦਾ ਸੀ ਮੇਰਾ ਮਹੀਨੇ ਦਾ $3000 ਬਣ ਰਿਹਾ ਹੋਵੇ, ਬਟ ਉਹੀ ਹੁਣ ਮੈਂ ਜਦੋਂ ਸਕਿੱਲ ਸਿੱਖ ਲਈ ਆ, ਮੇਰੇ ਕੋਲ ਇੱਕ ਐਜ ਹੋ ਗਿਆ ਕਿ ਮੇਰੀ ਜਿਹੜੀ ਪੇ ਆ ਉਹ ਡਬਲ ਹੋ ਗਈ, ਯਾਨੀ ਕਿ 3000 ਤੋਂ 6000 ਤੱਕ ਮੇਰਾ ਪੋਟੈਂਸ਼ੀਅਲ ਪਹੁੰਚ ਗਿਆ। ਬਟ ਅਗੇਨ, ਵੈਲਥ ਕ੍ਰੀਏਟ ਕਰਨੀ ਆ ਤਾਂ ਉਹਦਾ ਇੱਕ ਸਿੰਪਲ ਸੀਕਰੇਟ ਆ, ਕਦੇ ਵੀ ਕੰਫਰਟੇਬਲ ਨਹੀਂ ਹੋਣਾ। ਹੁਣ ਤੁਹਾਨੂੰ ਲੱਗ ਰਿਹਾ ਕਿ ਓਕੇ ਮੇਰੀ ਪੇ ਡਬਲ ਹੋ ਗਈ ਆ, ਮੈਂ ਇੱਥੇ ਕੰਫਰਟੇਬਲ ਹੋ ਜੂਗਾ, ਨਹੀਂ। ਜਿਹੜੀ 8 ਘੰਟੇ ਤੁਸੀਂ ਆਪਦੀ ਹੁਣ ਨਵੀਂ ਜੋਬ ਨੂੰ ਦੇ ਰਹੇ ਹੋ, ਜਿਹੜੀ ਤੁਹਾਨੂੰ ਸਕਿੱਲ ਵਾਲੀ ਮਿਲੀ ਆ, ਹੁਣ ਤੁਹਾਡਾ ਮੋਟਿਵ ਇਹ ਬਣਦਾ ਜਿਹੜੇ ਵੀ ਤੁਹਾਡੇ ਕੋਲ ਬਚੇ ਘੰਟੇ ਆ ਉਹਦੇ ਵਿੱਚ ਅਗੇਨ ਤੁਸੀਂ ਸਾਈਡ ਗਿਗਸ ਆਪਣੀਆਂ ਸਟਾਰਟ ਕਰ ਦਿਓ। ਸੋ ਕਹਿਣ ਦਾ ਮਤਲਬ ਇਹੀ ਆ, ਜਿੱਥੇ ਹੁਣ ਤੁਸੀਂ $6000 ਕਮਾ ਰਹੇ ਹੋ, ਟਰਾਈ ਕਰੋ ਕਿ ਤੁਸੀਂ 7-7.5 ਤੱਕ ਉਹਨੂੰ ਸਕੇਲ ਕਰਕੇ ਲੈ ਜਾਓ। ਪਰ ਇਸ ਟਾਈਮ ਫੇਜ਼ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਕਦੇ ਵੀ ਖਰਚੇ ਨਹੀਂ ਵਧਾਉਣੇ, ਕਿਉਂਕਿ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਪਹਿਲਾਂ 3000 ਕਮਾ ਰਿਹਾ ਸੀ, ਹੁਣ ਮੈਂ 6000 ਕਮਾ ਰਿਹਾ, ਮੈਂ ਇੱਥੇ ਵੱਡੀ ਗੱਡੀ ਲੈ ਲਾਂ, ਵੱਡਾ ਘਰ ਲੈ ਲਾਂ, ਇਹ ਸਾਰਾ ਤੁਹਾਡਾ ਪਲਾਨ ਜਿਹੜਾ ਹੈ ਮੈਸਅਪ ਹੋ ਜੂਗਾ। ਸੋ ਰਾਈਟ ਨਾਓ ਜਿੰਨਾ ਵੀ ਸਿਨੈਰੀ ਹੋਗਾ, ਤੁਹਾਡੇ ਐਕਸਪੈਂਸਿਸ ਜਿਹੜੇ ਇਹਨਾਂ ਦੇ ਵਿੱਚ ਜ਼ਿਆਦਾ ਚੇਂਜ ਨਹੀਂ ਆਉਣਾ ਚਾਹੀਦਾ। ਹਾਂ, ਜਿਹੜੀਆਂ ਬੇਸਿਕ ਨੀਡਸ ਆ, ਕੋਈ ਰਿਕੁਆਇਰਮੈਂਟ ਆ, ਉਹਨੂੰ ਤੁਸੀਂ ਪੂਰੀ ਕਰ ਸਕਦੇ ਹੋ। ਐਨੀਵੇਜ਼, ਜਦੋਂ ਤੁਸੀਂ ਸਕੇਲ ਕਰ ਲੈਂਦੇ ਹੋ 6-7 ਹਜ਼ਾਰ ਡਾਲਰ 'ਤੇ, ਹੁਣ ਇੱਥੇ ਬਹੁਤ ਇੱਕ ਇੰਪੋਰਟੈਂਟ ਚੀਜ਼ ਆਉਂਦੀ ਆ ਜਿਹਨੂੰ ਕਹਿੰਦੇ ਆ ਪਾਵਰ ਆਫ ਕੰਪਾਊਂਡਿੰਗ, ਅਤੇ ਉਹਨੂੰ ਆਪਾਂ ਸਮਝਦੇ ਹਾਂ। ਮੰਨ ਕੇ ਚੱਲਦੇ ਹਾਂ ਜਿਹੜੀ ਤੁਸੀਂ ਸਕਿੱਲ ਵਾਲੀ ਜੋਬ ਕਰ ਰਹੇ ਸੀਗੇ, ਇਹਦੇ ਵਿੱਚ ਐਵਰੀ ਮੰਥ ਤੁਸੀਂ 3-4 ਹਜ਼ਾਰ ਡਾਲਰ ਮੇ ਵੀ $5000 ਸੇਵ ਕਰ ਰਹੇ ਸੀਗੇ। ਸੋ ਸਿੰਪਲੀ 1.5 ਸਾਲ ਤੁਸੀਂ ਇਹ ਸੇਵਿੰਗ ਕੀਤੀ, ਐਂਡ ਬਾਅਦ ਵਿੱਚ ਅਸੀਂ ਕੀ ਕਰਨਾ, ਰੀਅਲ ਗੇਮ ਸਟਾਰਟ ਕਰਨੀ ਹੈ, ਯਾਨੀ ਕਿ ਇਨਵੈਸਟਮੈਂਟ ਸਟਾਰਟ ਕਰਨੀ ਹੈ। ਲੈਟਸ ਅਸਿਊਮ ਕਿ ਤੁਹਾਨੂੰ ਇਨਵੈਸਟਮੈਂਟਸ ਬਾਰੇ ਕੋਈ ਨੌਲੇਜ ਨਹੀਂ ਹੈਗੀ, ਤੁਸੀਂ ਸਿੰਪਲੀ ETF ਦੇ ਵਿੱਚ ਇਨਵੈਸਟਮੈਂਟ ਸਟਾਰਟ ਕਰਨੀ ਆ। ਸੋ ਇਨੀਸ਼ੀਅਲ ਤੁਹਾਡਾ ਬੈਲੈਂਸ ਜਿਹੜਾ ਸੀਗਾ, ਮੰਨ ਲਓ ਤੁਸੀਂ 1.5 ਸਾਲ ਕੰਮ ਕੀਤਾ, ਹਰ ਮਹੀਨੇ ਤੁਸੀਂ ਸੇਵ ਕਰਦੇ ਰਹੇ, ਮਿਨੀਮਮ ਆਪਾਂ ਲਾ ਕੇ ਚੱਲਦੇ ਹਾਂ $3000। ਸੋ 1.5 ਸਾਲ ਕੰਮ ਕਰਕੇ ਤੁਹਾਡੇ ਕੋਲ ਅਰਾਊਂਡ $45,000 ਜਿਹੜਾ ਬਚਣਾ ਚਾਹੀਦਾ। ਸੋ ਸਾਡੀ ਇਨੀਸ਼ੀਅਲ ਇਨਵੈਸਟਮੈਂਟ ਹੋ ਗਈ $45,000 ਦੀ। ਤੇ ਹੁਣ ਜਿਹੜੇ ਇੱਥੇ ਤੁਸੀਂ ਰੈਗੂਲਰ ਐਡੀਸ਼ਨਸ ਕਰ ਰਹੇ ਹੋ, ਉਹ ਅਸੀਂ ਮੰਨ ਕੇ ਚੱਲਦੇ ਹਾਂ ਤੁਸੀਂ ਆਪਦੀ ਸੈਲਰੀ ਦੇ ਵਿੱਚੋਂ 3500, ਪਹਿਲਾਂ ਤੁਸੀਂ 3000 ਜੋੜਿਆ ਸੀ, ਹੁਣ ਤੁਸੀਂ 500 ਹੋਰ ਐਡ ਆਨ ਕਰਤਾ। ਸੋ $3500 ਤੁਸੀਂ ਐਵਰੀ ਮੰਥ ਇਹਦੇ ਵਿੱਚ ਰੈਗੂਲਰ ਐਡੀਸ਼ਨਸ ਕਰ ਰਹੇ ਹੋ, ਜਿਹਦੇ ਵਿੱਚ ਤੁਹਾਨੂੰ ਇੰਟਰਸਟ ਜਿਹੜਾ ਐਨੂਅਲ ਬੇਸਿਸ 'ਤੇ ਮਿਲ ਰਿਹਾ ਅਰਾਊਂਡ 15%, ਕਿਉਂਕਿ ਜੇ ਅਸੀਂ ਪਿਛਲੇ 20-25 ਸਾਲਾਂ ਦਾ
ETFs ਦਾ ਟਰੈਕ ਦੇਖੀਏ, S&P 500 ਦਾ ਦੇਖੀਏ, NASDAQ ਦਾ ਦੇਖੀਏ, ਤਾਂ ਉਹਨਾਂ ਦੀ ਐਵਰੇਜ ਰਿਟਰਨ ਜਿਹੜੀ ਉਹ ਬਿਟਵੀਨ 12-15% ਰਹੀ ਆ। ਸੋ ਅਸੀਂ ਅਸਿਊਮ ਕਰ ਲੈਂਦੇ ਤੁਸੀਂ ਬੜੀ ਬੇਸਿਕ ਲੈਵਲ ਦੀ ਇਨਵੈਸਟਿੰਗ ਕਰ ਰਹੇ ਹੋ ਐਂਡ ਜਿਹੜੀ ਤੁਹਾਨੂੰ ਰਿਟਰਨ ਆ ਰਹੀ ਉਹ 15% ਆ। ਉਸ ਤੋਂ ਬਾਅਦ ਇਹ ਜਿਹੜਾ ਇੰਟਰਸਟ ਆ ਇਹ ਆਫਕੋਰਸ ਈਅਰਲੀ ਆ। ਹੁਣ ਅਸੀਂ ਇਹ ਦੇਖਦੇ ਹਾਂ ਕਿ ਕਿੰਨੇ ਸਾਲਾਂ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਜਿਹੜੀ ਉਹ ਕਿੱਥੋਂ ਤੱਕ ਪਹੁੰਚੂਗੀ। ਮੰਨ ਲਓ ਤੁਸੀਂ ਅਗਲੇ 15 ਸਾਲਾਂ ਦੇ ਲਈ ਇਹੀ ਕੰਮ ਕਰਦੇ ਰਹੇ। ਯੂਜਲੀ ਜਦੋਂ ਬੰਦਾ ਕੋਈ ਜੋਬ ਕਰਦਾ ਉਹ ਇਹ ਸੋਚਦਾ ਕਿਉਂਕਿ ਮੈਂ ਆਹ ਵਾਲੀ ਕੋਈ ਵੀ ਸਕਿੱਲ ਸਿੱਖ ਲਈ ਹੁਣ ਇਹ ਮੇਰੀ ਹਾਈ ਪੇਇੰਗ ਜੋਬ ਆ, ਇਹਦੇ ਵਿੱਚ ਮੈਂ ਅਰਾਊਂਡ 40 ਸਾਲ ਰਹਿਣਾ। ਅਸੀਂ 40 ਸਾਲ ਨਹੀਂ ਦੇਖਦੇ, ਹਾਲੇ ਅਸੀਂ 15 ਸਾਲ ਦੇਖਦੇ ਹਾਂ। ਅਸਿਊਮ ਕਰਦੇ ਕਿ ਤੁਹਾਡੀ ਇਸ ਟਾਈਮ ਦੇ ਜਿਹੜੀ ਏਜ ਆ ਉਹ ਹੈਗੀ ਆ 25 ਈਅਰਸ, 24 ਮੇ ਬੀ 23 ਜਾਂ ਫਿਰ 27, ਜਿੰਨੀ ਵੀ ਹੋ ਸਕਦੀ ਆ। ਯਾਨੀ ਕਿ ਅਗਲੇ 15 ਸਾਲਾਂ ਦੇ ਵਿੱਚ ਤੁਸੀਂ ਅਰਾਊਂਡ 40 ਈਅਰਸ ਦੇ ਹੋ ਜਾਓਗੇ, 42 ਦੇ ਹੋ ਜਾਓਗੇ। ਸੋ ਉਸ ਕੇਸ ਦੇ ਵਿੱਚ ਤੁਹਾਡੀ ਨੈਟਵਰਥ ਜਿਹੜੀ ਆ ਉਹ ਜਸਟ ਬੇਸਡ ਔਨ ਇਨਵੈਸਟਮੈਂਟਸ ਕਿੰਨੀ ਹੋਊਗੀ। ਅਗੇਨ ਇੱਕ ਵਾਰੀ ਅਸੀਂ ਨੰਬਰਸ ਦੇਖ ਲੈਂਦੇ ਤਾਂ ਕਿ ਤੁਹਾਨੂੰ ਕੋਈ ਮਿਸਅੰਡਰਸਟੈਂਡਿੰਗ ਨਾ ਹੋਵੇ। 45,000 ਇਨੀਸ਼ੀਅਲ ਇਨਵੈਸਟਮੈਂਟ ਆ, 3,500 ਤੁਸੀਂ ਐਵਰੀ ਮੰਥ ਉਹਦੇ ਚ ਐਡ ਆਨ ਕਰ ਰਹੇ ਹੋ, 15% ਤੁਹਾਨੂੰ 15% ਤੁਹਾਨੂੰ ਇੰਟਰਸਟ ਮਿਲ ਰਿਹਾ ਈਅਰਲੀ। ਉਸ ਤੋਂ ਬਾਅਦ 15 ਸਾਲਾਂ ਬਾਅਦ ਤੁਹਾਡੇ ਕੋਲ ਕਿੰਨੇ ਪੈਸੇ ਹੋਣਗੇ ਕੈਲਕੂਲੇਟ ਕਰਦੇ ਹਾਂ। ਦੈਟ ਬੀ 2.4 ਮਿਲੀਅਨ, ਆਲਮੋਸਟ 2.5 ਮਿਲੀਅਨ। ਇਹ ਤਾਂ ਹੋ ਗਿਆ ਅੱਜ ਤੋਂ 15 ਸਾਲਾਂ ਬਾਅਦ, ਮਤਲਬ ਜੇ ਤੁਸੀਂ 25 ਸਾਲਾਂ ਦੇ ਹੋ ਇਸ ਟਾਈਮ ਤੇ, 40 ਸਾਲਾਂ ਤੇ ਤੁਹਾਡੀ ਜਿਹੜੀ ਇਕੱਲੀ ਇਨਵੈਸਟਮੈਂਟ ਦੀ ਪੋਰਟਫੋਲੀਓ ਆ ਉਹ ਤੁਹਾਡਾ 2.5 ਮਿਲੀਅਨ ਤੇ ਰਹੂਗਾ। ਹੁਣ ਇਹ ਤਾਂ ਅਸੀਂ ਗੱਲ ਕੀਤੀ ਆ 15 ਸਾਲਾਂ ਦੀ। ਇਨ ਕੇਸ ਜੇ ਤੁਸੀਂ ਇਹਨੂੰ 20 ਸਾਲ ਕਰ ਦੋ, ਮੰਨ ਲਓ ਤੁਸੀਂ ਸੋਚਿਆ ਸੀਗਾ ਜੋਬ ਜਿਹੜੀ ਤੁਸੀਂ ਕਰਨੀ ਆ ਉਹ ਕਰਨੀ ਆ 40 ਸਾਲ, ਪਰ ਅੱਧੇ ਟਾਈਮ 'ਚ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇੰਨੇ ਕੁ ਜੋਗੇ ਹੋ ਜਾਓਗੇ, ਜੋਬ ਤੁਹਾਨੂੰ ਕਰਨ ਦੀ ਲੋੜ ਨਹੀਂ ਪਊਗੀ, ਇੱਥੇ ਅਸੀਂ ਸਿੰਪਲੀ 20 ਕਰ ਦਿੰਦੇ ਹਾਂ। 20 ਸਾਲਾਂ ਬਾਅਦ ਗੈਸ ਕਰੋਗੇ ਤੁਹਾਡੀ ਨੈਟਵਰਥ ਕਿੰਨੀ ਹੋਊਗੀ, ਦੈਟ ਵਿਲ ਬੀ $5.3 ਮਿਲੀਅਨ। ਸੋ ਇਮੈਜਿਨ ਕਰੋ ਤੁਸੀਂ ਜਸਟ ਆਪਦੀ ਪੇ ਚੈੱਕ 'ਚੋਂ ਕੁਝ ਹਿੱਸਾ ਕੱਢ ਕੇ ਐਡ ਆਨ ਕਰ ਰਹੇ ਹੋ। ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ, ਜਿਹੜੀ ਕੰਸਿਸਟੈਂਸੀ ਆ, ਬੰਦਾ ਇਹ ਸੋਚ ਲੈਂਦਾ ਮੈਂ ਬਾਅਦ 'ਚ ਸਟਾਰਟ ਕਰੂੰਗਾ, ਪਰ ਜਿਹੜੀ ਕੰਪਾਊਂਡਿੰਗ ਆ ਉਹ ਸਟਾਰਟਿੰਗ 'ਚ ਪਹਿਲਾਂ ਤੁਹਾਨੂੰ ਜਿਹੜੀ ਆ ਉਹਦਾ ਕੋਈ ਜ਼ਿਆਦਾ ਆਊਟਪੁੱਟ ਨਹੀਂ ਮਿਲੂਗੀ, ਬਟ ਜਦੋਂ ਤੁਹਾਡੇ ਕੋਲ ਇੱਕ ਵਾਰੀ ਸੋਲਿਡ ਨੰਬਰ ਹੋ ਗਿਆ ਉਸ ਤੋਂ ਬਾਅਦ ਉਹਨੇ ਤੁਹਾਨੂੰ ਜਿਹੜਾ ਅਸਲੀ ਰਿਟਰਨ ਦੇਣਾ ਸ਼ੁਰੂ ਕਰਨਾ। ਹੁਣ ਜੇ ਅਸੀਂ ਇਹਦਾ ਈਅਰਲੀ ਟੇਬਲ ਖੋਲੀਏ ਤਾਂ 1 ਸਾਲ ਬਾਅਦ ਤੁਹਾਡੀ ਟੋਟਲ ਵੈਲਿਊ ਹੋਊਗੀ $96,000, ਕਿਉਂਕਿ 45 ਤੁਸੀਂ ਸਟਾਰਟ ਕੀਤਾ, ਉਸ ਤੋਂ ਬਾਅਦ ਐਵਰੀ ਮੰਥ ਤੁਸੀਂ 3,500 ਐਡ ਆਨ ਕਰ ਰਹੇ ਹੋ। 1 ਸਾਲ ਬਾਅਦ ਇੰਨੀ, 2 ਸਾਲ ਬਾਅਦ 155,000, ਦੈਨ 224। ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੋਗੇ, ਜਿਹੜੀ ਕੰਪਾਊਂਡਿੰਗ ਆ ਉਹ ਵੱਧਦੀ ਜਾ ਰਹੀ ਆ। ਸੋ ਆਫਟਰ 10 ਈਅਰਸ, 10 ਸਾਲਾਂ ਬਾਅਦ ਤੁਹਾਡੇ ਕੋਲ $1 ਮਿਲੀਅਨ ਹੋਜੂਗਾ। ਐਂਡ ਜੇ ਅਸੀਂ 20 ਸਾਲਾਂ ਬਾਅਦ ਦੇਖੀਏ ਤਾਂ ਤੁਹਾਡੇ ਕੋਲ 5.3 ਮਿਲੀਅਨ ਹੋਜੂਗਾ। ਹੁਣ ਜੇ ਅਸੀਂ ਹੋਰ ਉੱਪਰ ਚੱਲ ਜਾਈਏ, ਜੇ ਤੁਸੀਂ ਇਸ ਤੋਂ ਵੀ ਉੱਪਰ ਜਾਣਾ, ਜੇ ਅਸੀਂ ਇਹਨੂੰ 30 ਕਰਦੇ ਹਾਂ ਦੈਨ ਦਾ ਰੀਅਲ ਨੰਬਰ ਵਿਲ ਕਮ ਅਪ। ਸੋ 30 ਕਰਕੇ ਕੈਲਕੂਲੇਟ ਤਾਂ ਹਿੱਟ ਕੀਤਾ, ਯੂ ਵਿਲ ਹੈਵ $22 ਮਿਲੀਅਨ। ਸੋ ਇਮੈਜਿਨ ਕਰੋ ਪਹਿਲੇ ਸਾਲ ਤੁਹਾਡੇ ਕੋਲ $96,000 ਆ, ਐਂਡ ਜਦੋਂ ਤੁਹਾਡੇ ਅਰਾਊਂਡ 30 ਈਅਰਸ ਦੇ ਤੁਸੀਂ ਬਾਅਦ ਦੇਖੋਗੇ ਆਪਦਾ ਪੋਰਟਫੋਲੀਓ, ਦੈਨ ਇਟ ਵਿਲ ਬੀ $22 ਮਿਲੀਅਨ। ਹੁਣ ਦੇਖੋ ਇਹ ਜਿੰਨੇ ਮੈਂ ਤੁਹਾਨੂੰ ਸਾਰੇ ਨੰਬਰ ਸਮਝਾਏ ਇਹਦੇ ਵਿੱਚ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਆ, ਉਹ ਪਤਾ ਕੀ ਆ? ਟਾਈਮ। ਜਿੰਨੀ ਜਲਦੀ ਤੁਸੀਂ ਕੰਪਾਊਂਡਿੰਗ ਸਟਾਰਟ ਕਰੋਗੇ ਉਨੀ ਜਲਦੀ ਤੁਹਾਨੂੰ ਰਿਜ਼ਲਟ ਮਿਲੂਗਾ, ਜਿੰਨੀ ਜਲਦੀ ਤੁਸੀਂ ਇਨਵੈਸਟਮੈਂਟ ਸਟਾਰਟ ਕਰੋਗੇ ਤੁਹਾਨੂੰ ਉਨੀ ਜਲਦੀ ਰਿਜ਼ਲਟ ਮਿਲੂਗਾ। ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਅੱਜ ਤੋਂ 10 ਸਾਲ ਬਾਅਦ ਇਨਵੈਸਟਿੰਗ ਸਟਾਰਟ ਕਰੂੰਗਾ ਐਂਡ ਮੈਨੂੰ ਸੇਮ ਰਿਜ਼ਲਟ ਮਿਲ ਜੂਗਾ ਅਗਲੇ 30 ਸਾਲਾਂ ਦਾ, ਉਹ ਪੋਸੀਬਲ ਨਹੀਂ ਹੈਗਾ। ਜੇ ਤੁਸੀਂ ਹੁਣ ਤੋਂ ਸਟਾਰਟ ਕਰਦੇ ਹੋ ਚਾਹੇ ਤੁਹਾਡੀ ਅਮਾਊਂਟ ਛੋਟੀ ਵੀ ਆ, ਬਟ ਜਿਹੜੀ ਕੰਪਾਊਂਡਿੰਗ ਦੀ ਪਾਵਰ ਆ ਉਹ ਸਟਾਰਟ ਤਾਂ ਹੀ ਹੁੰਦੀ ਆ ਜੇ ਤੁਹਾਡਾ ਬੇਸ ਬਣਿਆ। ਜਿਹੜੇ ਪਹਿਲੇ 4-5 ਸਾਲ ਆ, 7-8 ਸਾਲ ਆ, ਉਹਨਾਂ ਦੇ ਵਿੱਚ ਜਸਟ ਇੱਕ ਬੇਸ ਬਣਦਾ ਐਂਡ ਰੀਅਲ ਕੰਪਾਊਂਡਿੰਗ ਉਸ ਤੋਂ ਬਾਅਦ ਸਟਾਰਟ ਹੁੰਦੀ ਆ। ਹੁਣ ਦੇਖੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ, ਜਿਹੜਾ ਬੰਦਾ ਕੋਈ ਵੀ ਰਿਸਕ ਨਹੀਂ ਲੈ ਸਕਦਾ, ਨਾ ਉਹ ਡੇ ਟ੍ਰੇਡ ਕਰ ਸਕਦਾ, ਨਾ ਉਹ ਸਵਿੰਗ ਟ੍ਰੇਡ ਕਰ ਸਕਦਾ, ਆਪਸ਼ਨਸ ਤਾਂ ਚਲੋ ਦੂਰ ਦੀ ਗੱਲ ਆ, ਸਿੰਪਲੀ ਤੁਸੀਂ ਉਹ ETFs ਲੱਭਣੇ ਜਿਨ੍ਹਾਂ ਦਾ ਪਿਛਲੇ 10-15 ਸਾਲ ਦਾ ਟਰੈਕ ਦੇਖੋ
ਕਿ ਇੰਨੀ ਐਨੂਅਲ ਰਿਟਰਨ ਆ ਰਹੀ ਹੈ, S&P 500 ਹੋ ਗਿਆ, ਨੈਸਡੈਕ ਹੋ ਗਿਆ, ਵੈਨਗਾਰਡ ਹੋ ਗਿਆ। ਈਵਨ ਜੇ ਤੁਸੀਂ US ਦੇ ਵਿੱਚ ਨਹੀਂ ਇਨਵੈਸਟ ਕਰ ਸਕਦੇ, ਇੰਡੀਅਨ ਮਾਰਕੀਟ ਦੇ ਵਿੱਚ ਕੁਝ ETFs ਹੈਗੇ ਜਿਨ੍ਹਾਂ ਦਾ ਰਿਟਰਨ ਜਿਹੜਾ ਉਹ ਕਾਫੀ ਵਧੀਆ ਰਿਹਾ। ਸੋ ਇੱਕ ਬੜੀ ਐਫਰਟਲੈਸ ਇਨਵੈਸਟਿੰਗ ਆ ਜਿਹੜੀ ਕੰਪਾਊਂਡ ਹੋ ਕੇ ਅੱਜ ਤੋਂ 10-15-20-25 ਸਾਲ ਬਾਅਦ ਤੁਹਾਨੂੰ ਰਿਜ਼ਲਟ ਦਿੰਦੀ ਆ। ਪਰ ਇੱਥੇ ਇੱਕ ਚੀਜ਼ ਦੇਖੋ, ਰਾਈਟ ਨਾਓ ਅਸੀਂ ਇਹ ਸਿਨੈਰੀਓ ਅਸਿਊਮ ਕੀਤਾ ਸੀਗਾ ਕਿ ਸਾਡੀ ਉਹ ਜੋਬ ਆ ਜਿਹਦੇ ਵਿੱਚ ਅਸੀਂ ਸਕਿੱਲ ਡਿਵੈਲਪਮੈਂਟ ਕੀਤੀ, ਅਸੀਂ ਇੰਨੀ ਕੁ ਸੇਵਿੰਗ ਕਰਕੇ ਸਾਈਡ ਦੇ ਉੱਪਰ ਪਹਿਲਾਂ ਇਨੀਸ਼ੀਅਲ ਇਨਵੈਸਟਮੈਂਟ ਬਣਾ ਲਈ, ਉਸ ਤੋਂ ਬਾਅਦ ਅਸੀਂ ਐਡ ਆਨ ਕਰੀ ਗਏ। ਇਨ ਕੇਸ ਜੇ ਤੁਸੀਂ ਕੋਈ ਸਕਿੱਲ ਡਿਵੈਲਪਮੈਂਟ ਦੇ ਨਾਲ ਕੋਈ ਛੋਟਾ ਬਿਜ਼ਨਸ ਸਟਾਰਟ ਕਰ ਲਓ, ਜਾਂ ਫਿਰ ਮੰਨ ਲਓ ਤੁਸੀਂ, ਇਹ ਤਾਂ ਇੱਕ ਅਸੀਂ ਇਕੱਲੇ ਬੰਦੇ ਦਾ ਸਿਨੈਰੀਓ ਇਮੇਜਿਨ ਕੀਤਾ, ਮੰਨ ਲਓ ਤੁਹਾਡਾ ਲਾਈਫ ਪਾਰਟਨਰ ਆ, ਹਸਬੈਂਡ ਆ, ਵਾਈਫ ਆ, ਜਾਂ ਅੱਗੇ ਜਾ ਕੇ ਬੱਚੇ ਆ, ਜਾਂ ਤੁਹਾਡੇ ਪੇਰੈਂਟਸ ਆ, ਉਹਨਾਂ ਦੀ ਤੁਹਾਨੂੰ ਨਾਲ ਹੈਲਪ ਮਿਲ ਜਾਂਦੀ ਆ, ਉਹ ਥੋੜ੍ਹਾ ਬਹੁਤ ਨਾਲ ਕੰਟਰੀਬਿਊਟ ਕਰ ਰਹੇ ਆ, ਜਿੱਥੇ ਤੁਹਾਡਾ 3500 ਦਾ ਹੋ ਸਕਦਾ ਦੋ ਜਣੇ ਮਿਲਾ ਕੇ ਉਹ 6000-7000 ਦਾ ਐਡ ਆਨ ਕਰੀ ਜਾਂਦੇ ਆ ਪਰ ਮੰਥ। ਤਾਂ ਇਮੈਜਿਨ ਕਰਕੇ ਦੇਖੋ ਅਗਲੇ 15 ਸਾਲਾਂ ਦੇ ਵਿੱਚ ਉਹ ਇਨਵੈਸਟਮੈਂਟ ਕਿੱਥੇ ਆਉਂਦੀ ਆ। ਸੋ ਗਾਇਜ਼, ਇੱਥੇ ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦਾ, ਜੇ ਰਾਈਟ ਨਾਓ ਤੁਹਾਡੇ ਕੋਲ ਕੁਝ ਨਹੀਂ ਹੈਗਾ, ਕੋਈ ਚੱਕਰ ਨਹੀਂ, ਇੱਕ ਸਕਿੱਲ ਡਿਵੈਲਪਮੈਂਟ ਕਰਕੇ ਇੱਕ ਬੇਸ ਬਣਾਓ, ਬੇਸ ਨੂੰ ਅੱਗੋਂ ਤੁਸੀਂ ਉੱਪਰ ਦੇ ਉੱਪਰ ਬਿਲਡ ਕਰਨਾ। ਅਤੇ ਹਾਲੇ ਅਸੀਂ ਉਹ ਚੀਜ਼ਾਂ ਦੀ ਗੱਲ ਨਹੀਂ ਕੀਤੀ ਜਿਹਨਾਂ ਦੀ ਮੈਂ ਪਿਛਲੀ ਵੀਡੀਓ 'ਚ ਕੀਤੀ ਸੀ, ਯਾਨੀ ਕਿ ਨਾ ਮੈਂ ਇੱਥੇ ਤੁਹਾਨੂੰ ਰੀਅਲ ਅਸਟੇਟ ਬਾਰੇ ਕਿਹਾ, ਨਾ ਮੈਂ ਤੁਹਾਨੂੰ ਕ੍ਰਿਪਟੋ ਬਾਰੇ ਕਿਹਾ, ਨਾ ਮੈਂ ਤੁਹਾਨੂੰ ਇੰਡੀਵਿਜੁਅਲ ਸਟਾਕ ਬਾਰੇ ਕਿਹਾ। ਇਹ ਇੱਕ ਬੜੀ ਐਫਰਟਲੈਸ ਅਤੇ ਬੜੀ ਰਿਵਾਰਡਿੰਗ ਟੈਕਨੀਕ ਆ ਜਿਹਦਾ ਤੁਸੀਂ ਯੂਜ਼ ਕਰ ਸਕਦੇ ਹੋ। ਜਿਵੇਂ ਮੈਂ ਪਹਿਲਾਂ ਕਿਹਾ ਸੀਗਾ, ਮਨੀ ਅਟਰੈਕਟਸ ਮਨੀ। ਜੇ ਮੰਨ ਲਓ ਤੁਹਾਡੇ ਕੋਲ ਅੱਗੇ ਜਾ ਕੇ $4-5 million ਹੋ ਜਾਂਦਾ, ਥੋੜ੍ਹੇ ਬਹੁਤ ਵਿਦਡਰਾਅ ਕਰਾ ਕੇ ਤੁਸੀਂ ਕ੍ਰਿਪਟੋ ਦੇ ਵਿੱਚ ਇਨਵੈਸਟ ਕਰ ਦਿੰਦੇ ਆ, ਜਾਂ ਅੱਗੇ ਜਾ ਕੇ ਕੋਈ ਇੰਡੀਵਿਜੁਅਲ ਸਟਾਕਸ ਦੇ ਵਿੱਚ ਇਨਵੈਸਟ ਕਰ ਦਿੰਦੇ ਆ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਰਿਟਰਨ ਇਸ ਇਨਵੈਸਟਮੈਂਟ ਤੋਂ ਵੀ ਜ਼ਿਆਦਾ ਹੋ ਜਾਏ। ਸੋ ਬੇਸਿਕਲੀ ਮਤਲਬ ਇਹੀ ਹੈ ਕਹਿਣ ਦਾ ਕਿ ਇੱਕ ਵਾਰੀ ਜੋ ਤੁਸੀਂ ਸਟਾਰਟ ਕਰਤਾ, ਤੁਹਾਡਾ ਬੇਸ ਬਣ ਗਿਆ, ਤੁਹਾਡੇ ਕੋਲ ਇੱਕ ਵਾਰੀ ਸੋਲਿਡ ਕੈਸ਼ ਆ ਗਿਆ, ਉਸ ਤੋਂ ਬਾਅਦ ਦਰਵਾਜ਼ੇ ਤੁਹਾਡੇ ਲਈ ਬਹੁਤ ਸਾਰੇ ਖੁੱਲ ਜਾਣੇ ਆ। ਸੋ ਗਾਇਜ਼, ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇੱਦਾਂ ਦੀਆਂ ਵੀਡੀਓਜ਼ ਮੈਂ ਚੈਨਲ 'ਤੇ ਪੋਸਟ ਕਰਦਾ ਰਹੂੰਗਾ, ਮੇਕ ਸ਼ੋਰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲੇ ਬੈੱਲ ਆਈਕਨ ਨੂੰ ਜ਼ਰੂਰ ਕਲਿੱਕ ਕਰ ਲਿਓ, ਤਾਂ ਕਿ ਇਨ ਫਿਊਚਰ ਕੋਈ ਵੀ ਇੰਪੋਰਟੈਂਟ ਵੀਡੀਓ ਤੁਸੀਂ ਮਿਸ ਨਾ ਕਰੋ। ਅਤੇ ਮੇਕ ਸ਼ੋਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗੀ ਵੀਡੀਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ।